बिल्कुल जी, मैं थोड़ा अपना होस्ट पावा जी, सेव हिस्टोरिकल प्लेसेस ऑफ पाकिस्तान और सेव गुरुद्वारास एंड टेंपल्स ऑफ पाकिस्तान। खालसा राज फुटस्टेप्स इन पाकिस्तान और खोरे सच संताली दे, न्यू पेज है पंजाब हेरिटेज दास्तान। बहुत जल्द एक नवेकला जहा काम करने मैं जा रहा हाँ, पंजाब की हेरिटेज और कल्चर के उत्ते तुहानू देख के और सुन के बहुत अच्छा लगेगा और बहुत ही डिफरेंट तरीके नाल उदी वीडियोज़ जड़ियाँ ने तुहाडे सामने प्रोफेशनल अंदाज दे विच जड़े ने वो सामने लैके आवांगा। खोरे सच संताली दे पंजाब की वंड नू लैके एक पंजाबी होने के नाते एक सीने के अंदर जिहड़ी तकलीफ हुंदी है कि पंजाब मेरा महान पंजाब जिहदियां कदी बाउंड्रीज जाके गिलगित बल्तिस्तान कश्मीर इनकलूडिड जमरोद फोर्ट और डेरा जात मीन डेरा जात मखट के किले नू छूंदा होया जाके किला अकालगढ़ और डेरा इसमाइल खान और डेरा गाजी खान और बावलपुर दियां स्टेटां दे नाल जुड़िया होया उधर लुधियाना और उत्तर प्रदेश और बस समेत शिमला का इलाका और उधरों चंबे का इलाका अगर तुसी विच शामिल करो यह तमाम स्टेट्स और उधरों बठिंडे नू फिरोजपुर दियां सारियां इस जगह नू इकट्ठा करके एक महान पंजाब सी, बहुत वड्डा पंजाब सी। शायद उस तो सब तो पहले उहदे ते पोरस राजा ने जिहड़ा उहदे ते हुकमरानी की और उस तो बाद नंबर आई महाराजा रणजीत सिंह सुकर चकिया दा और तीसरा मां ने वो लाल पैदा नहीं करना जिन्हें महान पंजाब दे उत्ते अपनी सरकार बनाई होवे या अपनी हुकूमत की होवे। बरकैफ उन्ना ही यादा दी कुछ हल्की फुल्की जिहड़ी याद है और कुछ खुरे सच जिहड़े ने संताली दे बिटर ट्रुथ्स ऑफ 1947 पंजाब दी पार्टीशन जिहड़ी के डिवीजन ऑफ द इंडिया दे विच या पार्टीशन ऑफ द इंडिया दे विच जिहड़ी जिहदा फॉर्मूला शामिल ही नहीं सी। विद इन थ्री डेज़ दे विच पंजाब दा फैसला हुंदा है कि पंजाब नूं ही दो हिस्सों च वंड दिता जाएगा। किस तरीके ना वंडिया गया, लोगों ना की वरती है, उहदे विच मेरे नाल जिहड़े बजुर्ग ने वो बैठे ने। की इसम शरीफ है जी अपना? मोहम्मद शफी। अच्छा, यह भी मोहम्मद शफी साहब ने और इधर भी मेरे मैं दो शफी जिहड़े ने उन्होंने दरम्यान दे विच बैठा हुआ हाँ। ਤੁਹਾਡਾ ਪਿੰਡ ਕੀ ਨਾਮ ਸੀ ਜੀ? ਛੁਟੇਪੁਰ। ਛੁਟੇਪੁਰ ਛੁਟੇਪੁਰ ਨਾਮ ਸੀ ਜੀ ਔਰ ਜ਼ਿਲ੍ਹਾ ਗੁਰਦਾਸਪੁਰ। ਹਾਂ, ਜ਼ਿਲ੍ਹਾ ਗੁਰਦਾਸਪੁਰ। ਅਤੇ ਕੀ ਆਪਣਾ ਉੱਥੇ ਕੀ ਕਾਰੋਬਾਰ ਤੁਸੀਂ ਕਰਦੇ ਸੀ? ਵਾਹੀ ਦਾ। ਵਾਹੀ ਬੀਜੀ ਕਰਦੇ ਸੀ। ਕਿੰਨੇ ਭੈਣ ਭਾਈ ਸੀ ਤੁਸੀਂ? ਭਰਾ ਦੇ ਸੀ ਤਿੰਨ। ਹਾਂਜੀ, ਮਾਈ ਬਾਪ ਸੀ, ਤਿੰਨ ਭੈਣ ਹਨ। ਅੱਛਾ ਅੱਛਾ ਅੱਛਾ। ਅਤੇ ਤੁਸੀਂ ਉੱਥੋਂ ਜਦੋਂ ਨਿਕਲੇ ਹੋ ਤੁਹਾਡੀ ਕਿੰਨੀ ਜ਼ਮੀਨ ਸੀ, ਕਿੰਨਾ ਡੰਗਰ ਵੱਛਾ ਸੀ, ਉਹ ਤੁਹਾਨੂੰ ਕੀ ਨਾਲ ਲਿਆ ਕੇ ਲਿਆ ਸਕੇ ਔਰ ਕੀ ਤੁਸੀਂ ਨਾਲ? ਸਾਨੂੰ ਦਰਿਆ ਦੇ ਉੱਤੇ ਸਿੱਖ ਛੱਡ ਕੇ ਗਏ ਹਨ, ਸਿੱਖ ਦਰਿਆ ਦੇ ਛੱਡ ਕੇ ਗਏ ਹਨ। ਹਾਂਜੀ, ਅੱਗੋਂ ਜਿਹੜਾ ਮੀਂਹ ਵਰਨਾ ਸ਼ੁਰੂ ਹੋ ਗਿਆ, 8 ਦਿਨ ਬਾਰਿਸ਼ ਪੈਂਦੀ ਸੀ। ਅੱਠ ਦਿਨ ਬਾਰਿਸ਼ ਪੈਂਦੀ ਸੀ ਜੀ ਜੀ, ਅਤੇ ਬੜੇ ਤੰਗ ਹੋਏ ਜੀ। ਫਿਰ ਮਗਰ ਉਦੋਂ ਥੋੜ੍ਹਾ ਜਿਹਾ ਪਾਣੀ ਘੱਟ ਰਿਹਾ ਦਰਿਆ 'ਚ ਅਤੇ ਕੋਈ ਥੋੜ੍ਹੀ ਜਿਹੀ ਜੀ ਲੰਘ ਆਏ, ਅਤੇ ਮਗਰ ਰਹਿ ਗਿਆ ਮੈਂ ਅਤੇ ਡੰਗਰ ਅਤੇ ਮੇਰਾ ਬਾਪ ਜੀ। ਉਹ ਸਾਡੇ ਕੋਲ ਨਹੀਂ ਲੰਘਿਆ ਗਿਆ, ਉਹਨਾਂ ਕੋਲ ਅਸੀਂ ਜਿਹੜਾ ਰੱਸੇ 'ਚ ਫੜਿਆ ਆ, ਰੱਸਾ ਅੱਧ ਚਾਲ ਟੁੱਟ ਗਿਆ, ਪਿਓ ਤਾਂ ਰੁੜ ਗਿਆ, ਅਤੇ ਮੈਂ ਗੜੀ ਜਿਹਨੂੰ ਹੱਥ ਪੈ ਗਿਆ ਉਹਨੇ ਮੈਨੂੰ ਬਚਾ ਹੜਿਆ। ਅਤੇ ਤੁਹਾਡੇ ਵਾਲਦ ਸਾਹਿਬ ਫਿਰ ਉਹ ਰੁੜ ਗਏ, ਪਾਣੀ 'ਚ ਰੁੜ ਗਏ 47 ਦੇ ਵਿੱਚ, ਨਹੀਂ ਪਾਕਿਸਤਾਨ ਪਹੁੰਚ ਨਹੀਂ ਪਾਏ ਨਾ? ਯਾਦ ਤਾਂ ਆਉਂਦੀ ਬੜੀ ਗਈ, ਅੱਜ ਵੀ ਵਗਦਾ ਪਾਣੀ ਵੇਖਦੇ ਹੋਵੋਗੇ ਅਤੇ ਵਾਲਦ ਦੀ ਯਾਦ ਤਾਂ ਜ਼ਰੂਰ ਆਉਂਦੀ ਹੋਏਗੀ ਕਿਸੇ ਨਹਿਰ ਜਾਂ ਦਰਿਆ ਨੂੰ ਦੇਖ ਕੇ। ਕੀ ਤੁਸੀਂ ਦੱਸਦੇ ਹੋ ਕਿ ਵੀ ਪੰਜਾਬ ਦੀ ਜਿਹੜੀ ਇਹ ਵੰਡ ਹੈ ਇੱਕਦਮ ਜਿਹੜੀ ਵੰਡ ਹੋਈ ਸੀ, ਕਿਉਂਕਿ ਇਹ ਫਾਰਮੂਲਾ ਤਾਂ ਹੈ ਹੀ ਨਹੀਂ ਸੀ 47 ਦੇ ਪੰਜਾਬ ਦੀ ਵੰਡ ਦਾ, ਕਿਉਂਕਿ ਪਹਿਲੇ ਸਾਰਾ ਕੁਝ ਵੰਡਿਆ ਜਾ ਰਿਹਾ ਸੀ ਲੇਕਿਨ ਪੰਜਾਬ ਦੀ ਤਕਸੀਮ ਨਹੀਂ ਸੀ। ਸਰਕਾਰ ਜਿਹੜੇ ਉੱਧਰ ਦੇ ਸਿੱਖ ਹਿੰਦੂ ਹਨ ਨਾ, ਹਾਂਜੀ, ਉਹ ਆ ਬਰਛੀਆਂ ਬੁਰਛੀਆਂ ਨਾ ਜਿਹੜੀਆਂ, ਇਹ ਮਹੀਨਾ ਪਹਿਲਾਂ ਹੀ ਬਣਾਉਣ ਦਾ ਪਿਆ। ਅੱਛਾ, ਇਹ ਇੱਧਰ ਪਾਕਿਸਤਾਨ ਹਿੰਦੁਸਤਾਨ ਹੋਣਾ, ਉਹਨਾਂ ਨੂੰ ਪਹਿਲਾਂ ਵੀ ਪਤਾ ਲੱਗ ਗਿਆ ਜਦੋਂ ਐਲਾਨ ਹੋ ਗਿਆ ਨਾ, ਅਤੇ ਫਿਰ ਸਾਨੂੰ ਠਾਲ ਦਿੱਤਾ। 1946 ਦੇ ਇਲੈਕਸ਼ਨਸ ਦੇ ਬਾਅਦ ਦੀ ਗੱਲ ਕਰ ਰਹੇ ਨੇ ਕਿ ਜਦੋਂ ਲੋਕਾਂ ਨੂੰ ਪਤਾ ਚੱਲ ਗਿਆ ਸੀ ਰਾਇਟਸ ਆਫ ਰਾਵਲਪਿੰਡੀ ਹੋਏ ਨੇ, ਜਦੋਂ ਰਾਇਟਸ ਆਫ ਮੰਦਰਾ, ਰਾਇਟਸ ਆਫ ਗੁਜਰ ਖਾਨ ਔਰ ਚਕਵਾਲ ਵਾਲੇ ਰਾਇਟਸ ਹੋਏ ਨੇ, ਇਹ ਉਸ ਦੌਰ ਦੀ ਗੱਲ ਕਰਦੇ ਪਏ ਨੇ ਕਿ ਸਭ ਨੂੰ ਪਹਿਲੇ ਹੀ ਪਤਾ ਚੱਲ ਚੁੱਕਿਆ ਸੀ ਕਿ ਵੰਡ ਤਾਂ ਹੋਣੀ ਹੀ ਹੋਣੀ ਹੈ। ਖੈਰ, ਅੱਛਾ, ਤੁਸੀਂ ਜਦੋਂ ਵਾਲਦ ਸਾਹਿਬ ਚਲੇ ਗਏ ਪਾਣੀ 'ਚ ਰੁੜ ਗਏ, ਅਤੇ ਕਿਵੇਂ ਬਰਦਾਸ਼ਤ ਹੋਇਆ ਵਾਲਦ ਸਾਹਿਬ ਨੂੰ ਛੱਡ ਦਿੱਤਾ ਰੁੜਦੇ? ਬਾਅਦ ਛੁੱਟਦਾ ਵੀ ਮੈਂ ਕਿਤੇ ਚਲ ਗਿਆ, ਉਹ ਕਿਤੇ ਚਲ ਗਿਆ, ਮੇਰਾ ਗੜੀ ਜਿਹਨੂੰ ਹੱਥ ਪੈ ਗਿਆ ਮੈਨੂੰ ਉਹਨੇ ਪਾਰ ਲਾਤਾ, ਧੱਕੇ ਠੇਡੇ ਖਾਂਦਿਆਂ ਉਹਨੇ ਪਾਰ ਲਾਤਾ, ਅਤੇ ਵਾਲਦ ਜਿਹੜਾ ਮਾੜਾ ਸੀ ਉਹ ਰੁੜ ਗਿਆ। ਮਹੀਆਂ 4 ਹਨ, ਉਹਨਾਂ ਮਾਰਿਆਂ ਹੋ ਰਿਹਾ ਸੀ ਅਤੇ ਉਹਨੂੰ ਆਹ ਪਹਿਲਾਂ ਲਿਆਉਣਾ ਸੀ, ਆਉਂਦਾ ਸੀ ਡੰਗਰ ਲੈ ਕੇ ਨਾ, ਮੈਂ ਉਦੋਂ ਪਾਣੀ ਆ ਗਿਆ, ਉਦੋਂ
ਬਾਰਿਸ਼ ਨਹੀਂ ਹਟਦੀ ਜੋ ਡੰਗਰ ਹੱਥ ਚੜ੍ਹ ਚੜੇ ਅਤੇ ਫਿਰ ਸਿਰ ਪੜਿਆ ਅੱਧ ਚਾਹੇ ਪਾਣੀ ਦਾ ਜ਼ੋਰ ਬਹੁਤਾ ਹੋ ਗਿਆ ਤਾਂ ਕੱਢ ਗਿਆ। ਇੱਕ ਹੋਰ ਨਵੀਂ ਕਹਾਣੀ, ਮੈਂ ਅੱਜ ਤੱਕ ਐਸੀ ਕਹਾਣੀ ਨਹੀਂ ਸੁਣੀ। ਇੱਕ ਬਜ਼ੁਰਗ ਮੈਨੂੰ ਮਿਲੇ ਸਨ ਕੋਟ ਨੈਣਾ ਦੇ ਵਿੱਚ, ਉਹ ਗੁਰਦਾਸਪੁਰ ਤੋਂ ਮਾਈਗ੍ਰੇਟ ਕਰਕੇ ਆਏ ਸਨ ਅਤੇ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਦਰਿਆ ਪਾਰ ਕੀਤਾ ਲੇਕਿਨ ਬਹੁਤ ਮੁਸ਼ਕਿਲ ਪਾਰ ਕੀਤਾ, ਲੇਕਿਨ ਇਹ ਬਹੁਤ ਇੱਕ ਡਿਫਰੈਂਟ ਜਿਹੀ ਸਟੋਰੀ ਮੇਰੇ ਸਾਹਮਣੇ ਆ ਰਹੇ ਹਾਂ। ਅੱਛਾ, ਤੁਸੀਂ ਵੀ ਨੈਣਾ ਕੋਟ ਵਾਲੀ ਸਾਈਡ ਤੋਂ ਹੀ ਆਏ ਹੋ? ਅੱਛਾ ਅੱਛਾ, ਕੋਟ ਨੈਣਾ ਜਿੱਥੇ ਕਿ ਬਾਬਾ ਗੁਰਬਖਸ਼ ਸਿੰਘ ਜੀ ਦੀ ਸਮਾਧ ਹੈ, ਜਿੱਥੇ ਉਹਨਾਂ ਦਾ ਵੱਡਾ ਗੁਰਦੁਆਰਾ ਹੈ, ਅੱਜ ਕੱਲ੍ਹ ਉਹ ਹਾਈ ਸਕੂਲ ਹੈ ਲੜਕੀਆਂ ਦਾ, ਉਸ ਜਗ੍ਹਾ ਦੀ ਗੱਲ ਕਰ ਰਹੇ ਨੇ। ਕੋਟ ਨੈਣਾ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਸਮਾਧ ਪਲੇਸ, ਔਰ ਅਨਮੋਲ ਰਤਨ ਸਨ ਬਾਬਾ ਬੁੱਢਾ ਸਿੰਘ ਜੀ ਦੇ। ਅੱਛਾ, ਅਗਲੀ ਗੱਲ ਤੁਸੀਂ ਦੱਸੋ ਕਿ ਜਿਹੜਾ ਜਦੋਂ ਤੁਸੀਂ ਉੱਥੋਂ ਪਾਰ ਕਰ ਆਏ, ਮਹੀਨਾ ਤੁਸੀਂ ਉੱਥੇ ਰਹੇ, ਅਤੇ ਕੀ ਵਰਤੀ ਤੁਹਾਡੇ ਨਾਲ? ਵਰਤੀ ਇਸ ਤਰ੍ਹਾਂ ਵੀ ਇੱਕ ਪਿੰਡ ਉਹਦੇ ਲਾਗੇ ਕੋਟਲੀ, ਉੱਥੇ ਅਸੀਂ ਰਹੇ ਥੋੜ੍ਹਾ ਕੁ ਚਿਰ। ਉਹ ਬੜਾ ਸਮਾਨ ਸੀ ਅੰਦਰ ਭਰਿਆ ਦਾ ਇਸ ਤਰ੍ਹਾਂ ਹੀ, ਅਤੇ ਅਸੀਂ ਚਾਰ ਦਿਨ ਰਹੇ ਤੋੜੇ, ਉਹਦੇ ਰਹੇ ਉੱਥੇ ਮਹੀਨਾ 15 ਦਿਨ ਮੇਰੇ ਰਹੇ ਆ ਉੱਥੇ। ਫਿਰ ਪਰ ਫਿਰ ਚੱਲਣ ਡਿਆ ਵੀ ਗੋਲੀ, ਫਿਰ ਸਾਡੇ ਜੀ ਡਰਦੇ ਤੁਰ ਪਏ ਵੀ ਇੱਥੇ ਉਹੋ ਹਿਸਾਬ ਹੈ, ਚਲੋ ਗਾਂ। ਫਿਰ ਅਸੀਂ ਮੱਧੋ ਕੋਲ ਪਿੰਡ ਨੇ ਇੱਥੇ ਉੱਧਰ, ਉੱਥੇ ਕੋਲ ਚਾਰ ਦਿਨ ਆਣ ਕੇ ਸਾਡਾ ਰਿਸ਼ਤੇਦਾਰ ਸੀ ਉੱਥੇ, ਆਪਣਾ ਬਾਬਾ ਉੱਥੇ ਰਹੇ, ਉੱਥੋਂ ਫਿਰ ਇੱਥੇ ਸੁਣਾ ਗਿਆ, ਫਿਰ ਅਸੀਂ ਇੱਥੇ। ਅੱਛਾ, ਤੁਹਾਨੂੰ ਇੱਥੇ ਗੌਰਮੈਂਟ ਵੱਲੋਂ ਘਰ ਮਿਲੇ ਜਾਂ ਤੁਸੀਂ ਆ ਕੇ ਬਸ ਰਹਿਣ ਲੱਗ? ਨਹੀਂ, ਗੌਰਮੈਂਟ ਵੱਲੋਂ ਵੀ ਮਿਲਣੇ ਨੇ, ਹਾਂ ਜਿਹੜਾ ਸਾਡਾ ਹੌਸਲਾ ਨਹੀਂ ਜਿਹਨੇ ਤੋੜ ਲਿਆ ਕੇ। ਅੱਛਾ, ਯਾਨੀ ਕਿ ਜਿੱਥੇ ਜਿਹਨੂੰ ਜੋ ਮਿਲਿਆ ਉਹਨੇ ਆ ਕੇ? ਨਹੀਂ, ਕੁਛ ਲੋਕਾਂ ਨੂੰ ਤਾਂ ਬਕਾਇਦਾ ਤੌਰ 'ਤੇ ਘਰਾਂ ਦੇ ਵਿੱਚ ਵਸਾਇਆ ਗਿਆ ਲਿਆ ਕੇ। ਨਹੀਂ, ਤਾਂ ਤਾਂ ਆਪ ਪਹਿਲਾਂ ਹੀ ਆਣ ਕੇ ਮੰਨ ਲਿਆ ਜਾਣਾ ਮੈਂ। ਸਹੀ, ਅਤੇ ਕੀ ਤੁਸੀਂ ਕੀ ਕਹਿੰਦੇ ਹੋ ਕਿ ਆਪਣੇ ਘਰ ਨੂੰ ਛੱਡਣਾ, ਆਪਣੇ ਘਰ ਨੂੰ ਛੱਡ ਕੇ ਨਿਕਲਣਾ, ਆਪਣੀ ਮਿੱਟੀ ਨੂੰ ਨਿਕਲਣਾ? ਬੜੇ ਔਖੀ ਘਰ ਜੀ, ਸਾਨੂੰ ਪਤਾ ਨਹੀਂ ਨਿਕਲਿਆ। ਅਤੇ ਤੁਸੀਂ ਜਦੋਂ ਉੱਥੋਂ ਆਪਣੇ ਪਿੰਡ 'ਚੋਂ ਨਿਕਲੇ ਹੋ, ਅਤੇ ਕੀ ਤੁਹਾਡੇ ਨਾਲ ਕੋਈ? ਆਪਣੇ ਪਿੰਡ 'ਚੋਂ ਨਿਕਲ ਕੇ ਬਾਹਰ ਆਇਆ ਅਤੇ ਅਗਲੇ ਦਿਨ ਈਦ ਸੀ, ਈਦ ਸੀ ਮੇਰੇ ਹਾਣ ਕੀ ਈਦ ਪੜੀ ਹੈ। ਅੱਛਾ, ਮੇਰੇ ਆਪਣੇ ਜ਼ਮੀਨ 'ਚ ਈਦ ਪੜੀ ਹੈ, ਆਪਣੇ ਮੇਰੇ ਜ਼ਮੀਨ ਦੇ। ਸਹੀ, ਉੱਥੋਂ ਫਿਰ ਸਾਡਾ ਬਾਪ ਗਿਆ ਫਿਰ ਪਿੰਡ, ਉਹਨਾਂ ਸਾਨੂੰ ਬੜਾ ਜ਼ੋਰ ਲਾਇਆ ਕਿ ਨਾ ਜਾਓ, ਨਾ ਗਿਆ ਅੱਜ ਵੀ ਜਾਣਾ ਅਤੇ ਕੱਲ੍ਹ ਵੀ ਜਾਣਾ, ਥੋੜ੍ਹੇ ਨਾਲ ਚਲੋ। ਹੁਣ ਇੱਥੇ ਅੱਛਾ ਗੁਜ਼ਾਰਾ, ਸਭ ਕੁਛ ਵਧੀਆ, ਬਿਲਕੁਲ ਠੀਕ ਹੈ, ਸ਼ੁਕਰ ਅਲਹਮਦੁਲਿਲਾ। ਅਤੇ ਉਹ ਜਿਹੜਾ ਘਰ ਦੇ ਵੇਖ ਕੇ ਨਹੀਂ ਆਏ, ਹਾਂਜੀ, ਉਹਦਾ ਹਾਂ ਬੂਹਾ ਤੋੜਿਆ ਜਾਣ। ਅੱਛਾ, ਉਹ ਇਹਨਾਂ ਦੇ ਵਾਹ ਜੀ ਵਾਹ, ਤੁਸੀਂ ਸਰਦਾਰ ਬੇਲਾ ਸਿੰਘ ਵਾਲਾ ਘਰ ਜਿਹੜਾ ਤੁਹਾਨੂੰ ਮਿਲਿਆ, ਵੀਰ ਨਵਦੀਪ ਜੀ ਔਰ ਸਰਦਾਰ ਜਸਵੰਤ ਸਿੰਘ ਗਿੱਲ ਜੀ ਪੂਰੇ ਵਾਲਾ ਜੀ, ਇਹ ਵੱਸੇ ਨੇ ਤੁਹਾਡੇ ਘਰ ਵਿੱਚ ਆ ਕੇ, ਉਸ ਜਗ੍ਹਾ ਦੇ ਉੱਤੇ ਆ ਕੇ ਦੱਸ ਰਹੇ ਨੇ ਕਿ ਅਸੀਂ ਜਿੰਦਰੇ ਜਿਹੜੇ ਨੇ ਉਸ ਘਰ ਦੇ ਆ ਕੇ ਤੋੜੇ ਸੀ। ਤੁਸੀਂ ਕੀ ਦੇਖਿਆ ਘਰ ਦਾ ਹਾਲ ਜਿਹੜਾ ਸੀ? ਉਹ ਚੰਗਾ ਹੀ ਹਾਲ ਰਹੇ। ਅੱਛਾ, ਹਾਲ ਚੰਗਾ ਸੀ, ਉਹ ਕੁਝ ਨਹੀਂ ਵਿੱਚ ਰਹਿਣ ਦਿੱਤਾ। ਅੱਛਾ, ਛੱਡਿਆ ਇਹਨਾਂ ਮੁਸਲਮਾਨਾਂ ਨੇ ਇੱਥੇ ਆਉਣਾ, ਹਾਂ ਕੋਈ ਚੀਜ਼ ਨਹੀਂ ਰਹਿਣ ਦਿੱਤੀ। ਅੱਛਾ, ਉਹ ਖਾਲੀ ਹਨ, ਕਹਿ ਰਹੇ ਨੇ ਕਿ ਇੱਥੇ ਦੇ ਕਿਸੇ ਨੇ ਬੰਦੇ ਨੇ ਕੱਢ ਲਏ, ਅਸੀਂ ਜਦੋਂ ਆਏ ਤਾਂ ਘਰ ਖਾਲੀ ਸੀ। ਖਾਲੀ ਹਨ, ਠੀਕ ਹੋ ਗਿਆ, ਠੀਕ ਹੋ ਗਿਆ। ਅਤੇ ਤੁਸੀਂ ਅੰਦਰ ਆਏ ਹੋ ਤਾਂ ਘਰ ਠੀਕ ਸੀ? ਹਾਂ, ਕੱਚਾ ਸੀ, ਤੇ ਫੱਟੇ ਪਏ ਨੇ ਬਾਬਾ, ਅਸੀਂ ਕੱਚਾ ਸੀ ਵੈਸੇ, ਕੱਚਾ ਸੀ, ਹੁਣ ਛੱਤੇ ਨੇ ਆਪਣੇ। ਬਿਲਕੁਲ ਸਹੀ ਜੀ, ਇਹ ਦੇਖੋ ਜੀ, ਕੋਰ ਪ੍ਰਾਇਮਰੀ ਸੋਰਸ ਤੁਹਾਡੇ ਘਰ ਦਾ, ਕਿ ਦੱਸ ਰਹੇ ਨੇ ਕਿ ਸਰਦਾਰ ਬੇਲਾ ਸਿੰਘ ਵਾਲਾ ਘਰ ਜਿਹੜਾ ਸੀ, ਸਰਦਾਰ ਜਸਵੰਤ ਸਿੰਘ ਔਰ ਧਿਆਨ ਸਿੰਘ ਔਰ ਪੂਰੇ ਵਾਲਾ ਫੈਮਿਲੀ ਦਾ ਜਿਹੜਾ ਘਰ ਹੈ, ਉਹਦੇ ਵਿੱਚ ਕਹਿੰਦੇ ਨੇ ਕਿ ਅਸੀਂ ਹੀ ਆ ਕੇ ਜਿਹੜੇ ਜਿੰਦਰੇ ਨੇ ਉਹਦੇ ਅਸੀਂ ਤੋੜੇ ਸੀ। ਤੁਹਾਨੂੰ ਪਤਾ ਹੈ ਕਿ ਸਰਦਾਰ ਜਸਵੰਤ ਸਿੰਘ ਔਰ ਨਵਦੀਪ ਸਿੰਘ ਜਿਹੜੇ ਨੇ, ਸਰਦਾਰ ਬੇਲਾ ਸਿੰਘ ਦਾ ਜਿਹੜਾ ਪੋਤਾ ਹੈ ਔਰ ਉਹਦਾ ਜਿਹੜਾ ਬੇਟਾ ਹੈ, ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੈ, ਠੀਕ ਹੈ ਜੀ। ਹਾਂਜੀ, ਬਹੁਤ ਉਹ ਪੜ੍ਹ ਲਿਖੇ ਨੇ, ਹਾਂਜੀ ਬਹੁਤ ਜ਼ਿਆਦਾ ਪੜ੍ਹ ਲਿਖ ਗਏ, ਉਹ ਹੁਣ ਕਾਲਜ ਦੇ ਯੂਨੀਵਰਸਿਟੀ ਦੇ ਪ੍ਰਿੰਸੀਪਲ ਵੀ ਰਹੇ ਨੇ, ਅਤੇ ਹੁਣ ਰਿਟਾਇਰ ਹੋ ਕੇ ਅਤੇ ਉੱਥੇ ਚਲੇ ਗਏ ਨੇ, ਹਰਿਆਣਾ ਚਲੇ ਗਏ ਸੀ, ਪਹਿਲੇ ਗੁਰਦਾਸਪੁਰ ਫਿਰ ਉੱਥੋਂ ਹਰਿਆਣਾ, ਔਰ ਹਰਿਆਣਾ ਤੋਂ ਹੁਣ ਉਹ ਇਹੋ ਜਿਹੇ ਬੰਦੇ ਜਿਹਨਾਂ ਕੋਲ ਮਾਲ ਹੈ ਉਹ ਉੱਥੇ ਅੱਪੜਦੇ ਨੇ ਜਿੱਥੇ ਸਹੀ ਕੰਮ ਹੋਏ ਜੀ। ਅਤੇ ਤੁਸੀਂ ਕੀ, ਤੁਸੀਂ ਤੁਹਾਡੇ ਨਾਲ ਕੋਈ ਐਸਾ ਵਾਕਿਆ ਆ ਗਿਆ, ਕੋਈ ਐਸੀ ਯਾਦ ਜਿਹੜੀ ਹੈ, ਕੋਈ ਬਚਪਨ ਦੀ ਜੁੜੀ ਹੋਵੇ ਉਸ ਬਚਪਨ ਦੇ, ਕਿੰਨੀ ਉਮਰ ਸੀ ਤੁਹਾਡੀ ਉਸ ਵੇਲੇ? ਉਹ 7-8 ਸਾਲ ਦੀ ਉਮਰ ਸੀ ਸਾਰੀ। ਅਤੇ ਤੁਸੀਂ ਤੁਹਾਡੇ ਪਿੰਡ ਦੇ 'ਚ ਆਖਰ ਤੁਹਾਡੇ ਜਿਹੜੇ ਨੇ ਯਾਰ ਦੋਸਤ ਹੋਣਗੇ? ਆਹੋ, ਪਰ ਅਸੀਂ ਅਜੇ ਛੋਟੇ ਹਾਂ, ਹੋਰ ਸਾਨੂੰ ਉੰਨੀ ਤਾਂ ਨਹੀਂ, ਵਾਕ ਵੀ ਤਾਂ ਹੈ ਤਾਂ 8-7 ਸਾਲ ਦੇ ਸਾਰੇ, ਅਤੇ ਵੱਡਿਆਂ ਨੂੰ ਤਾਂ ਹੈ ਹੀ ਨਾ।
ਬਿਲਕੁਲ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖੋਰੇ ਸੱਚ ਸੰਤਾਲੀ ਦੇ ਪੰਜਾਬ ਹੈਰੀਟੇਜ ਦਾਸਤਾਨ ਨੂੰ ਲੈ ਕੇ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ।